ਤੜਫਣਾ ਬਹੁਤ ਮੈਂ ਤਾਂ ਕਰਕੇ ਕਹਿੰਦਾ ਉਹਨੇ ਮਾੜਾ ਜਿਹਾ ਪਾਲੀ ਛੱਡੋ ਥੋੜ੍ਹਾ ਜਿਹਾ ਕਦੇ ਕੀ ਕਾਰਨ ਕੀ ਜਿਹੜਾ ਏਦਾਂ ਧੌਣਾ ਲਾ ਕੇ ਲੈ ਗਿਆ ਉਹਦਾ ਸੂਏ ਮਾਰੇ ਗਏ ਇਹ ਤਾਂ ਸਾਨੂੰ ਕੁਛ ਨਹੀਂ ਪਤਾ ਜੀ ਕਿ ਇਹ ਕੋਈ ਤਾਂਤਰਿਕ ਕਾਰਾ ਹੋ ਸਕਦਾ ਆ ਜਾਂ ਕੋਈ ਕੁਛ ਵੀ ਕਹਿ ਲਓ ਕੀ ਪ੍ਰਸ਼ਾਸਨ ਆ ਗਿਆ ਜੀ ਪ੍ਰਸ਼ਾਸਨ ਬਿਲਕੁਲ ਮੌਕਾ ਦੇ ਕੇ ਗਿਆ ਜਿੱਥੇ ਬੱਚੇ ਇਸ ਟਾਈਮ ਮਰੇ ਪਏ ਆ ਠੀਕ ਹੈ ਜੀ ਪੂਰੇ ਮਹੱਲੇ ਦੇ ਵਿੱਚ ਸਹਿਮ ਦਾ ਮਾਹੌਲ ਆ ਠੀਕ ਹੈ ਜੀ ਜਿਹੜੇ ਗਲੇ ਬੱਚਿਆਂ ਦੇ ਲਾਏ ਹੋਏ ਆ ਬਿਲਕੁਲ ਧੜ ਪਏ ਹੋਏ ਆ ਉਹਨਾਂ ਦੇ ਇੱਕ ਬੱਚਾ ਜਿਹੜਾ ਕਿ ਬਹੁਤ ਜ਼ਿਆਦਾ ਜਿਹਦੇ ਕਿ ਸੂਏ ਮਾਰੇ ਤੜਫ ਰਿਹਾ ਜ਼ਖਮੀ ਆ ਉਹਦਾ ਟ੍ਰੀਟਮੈਂਟ ਚੱਲ ਰਿਹਾ ਸਾਹਿਲ ਚਾਵਲਾ ਵੈਲਫੇਅਰ ਜਿਹੜੀ ਆ ਡੋਗ ਵੈਲਫੇਅਰ ਸੋਸਾਇਟੀ ਉਹਦੇ ਵੱਲੋਂ ਚੱਲ ਰਿਹਾ ਕੀ ਮੰਗ ਕਰਦੇ ਹੋ ਮੰਗ ਕਰਦੇ ਹਾਂ ਕਿ ਕੱਲ ਨੂੰ ਸਾਡੇ ਆਪਣੇ ਵੀ ਸਾਰਿਆਂ ਦੇ ਬੱਚੇ ਹੈਗੇ ਆ ਕਿ ਅੱਜ ਜੇ ਬੱਚਿਆਂ ਕੁੱਤੇ ਦੇ ਬੱਚਿਆਂ ਦੇ ਨਾਲ ਇਹ ਵਿਵਹਾਰ ਹੋ ਰਿਹਾ ਆ ਤੇ ਕੱਲ ਨੂੰ ਮਹੱਲੇ ਦੇ ਲੋਕ ਕਿੱਦਾਂ ਸੇਫ ਰਹਿਣਗੇ ਇਸ ਲਈ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਇਹ ਜੋ ਜਿਹਨੇ ਰੋਂਗ ਕੰਮ ਕੀਤਾ ਆ ਬਿਲਕੁਲ ਕੈਮਰੇ ਟਰੇਸ ਕਰਕੇ ਹਰ ਤਰ੍ਹਾਂ ਦੇ ਕਿਹੜੀ ਗਲੀ ਦੇ ਕੈਮਰੇ ਆ ਕਿਹੜੇ ਕਿੱਥੇ ਲੱਗੇ ਹੋਏ ਕੌਣ ਇੰਟਰੈਸ ਬੰਦਾ ਕਰ ਰਿਹਾ ਆ ਮੇਨ ਕੀ ਗੱਲ ਹੈਗੀ 3 ਤੋਂ 4 ਵਜੇ ਦੇ ਵਿੱਚ ਲੋਕ ਜਿਹੜੇ ਦੱਸ ਰਹੇ ਕਿ 3 ਤੋਂ 4 ਵਜੇ ਤੱਕ ਬਹੁਤ ਜ਼ਿਆਦਾ ਕੁੱਤੇ ਪਤਾ ਕਿੱਦਾਂ ਲੱਗਾ ਬਸ ਲੋਕਾਂ ਨੇ ਸਵੇਰੇ ਦੱਸਿਆ ਕਿ 3 ਤੋਂ 4 ਵਜੇ ਤੱਕ ਉੱਥੇ ਬਹੁਤ ਜ਼ਿਆਦਾ ਭੌਂਕ ਰਿਹਾ ਸੀ ਬਟ ਜਦੋਂ ਸਵੇਰੇ ਲੋਕਾਂ ਨੇ ਦੇਖਿਆ ਉੱਥੇ ਜਾ ਕੇ ਕਿ ਇੱਕ ਉਹਨਾਂ ਬੱਚਿਆਂ ਦੀ ਜਿਹੜੀ ਮਾਂ ਕੁੱਤਿਆਂ ਦੀ ਬਹੁਤ ਜ਼ਿਆਦਾ ਰੋ ਰਹੀ ਆ ਜਦੋਂ ਲੋਕਾਂ ਨੇ ਜਾ ਕੇ ਉੱਥੇ ਦੇਖਿਆ ਤਾਂ ਬੱਚਿਆਂ ਦੇ ਜਿਹੜੇ ਗਲੇ ਜਿਹੜੇ ਸੀਗੇ ਉਹ ਧੜ ਅਲੱਗ ਪਏ ਸੀ ਤੇ ਗਲੇ ਹੈ ਨਹੀਂ ਸੀ ਬੱਚਿਆਂ ਦੇ ਥੈਂਕ ਯੂ ਔਰ ਕੁਛ ਗਲੀਆਂ ਦੇ ਵਿੱਚ ਦੇਖਿਆ ਕਿ ਬਲੱਡ ਬਹੁਤ ਜ਼ਿਆਦਾ ਖਿਲ ਰਿਹਾ ਹੋਇਆ ਇਹ ਬਾਕੀ ਹੁਣ ਕੱਲ੍ਹ ਸ਼ੁਕਰੀਆ ਉਹ ਵੈਰੀਫਾਈ ਕਰਨਗੇ ਥੈਂਕ ਯੂ ਸ਼ੁਕਰੀਆ ਥੈਂਕ ਯੂ ਭਾਜੀ ਆਪਣੇ ਇੱਥੇ ਕੀ ਨਾਮ ਤੁਹਾਡਾ ਹੰਸਰਾਜ ਨਾਂ ਆਇਆ ਜੀ ਕੀ ਹੋਇਆ ਕੀ ਆ ਭਾਜੀ ਆਪਣੇ ਦਰਵੇਸ਼ ਸੀਗੇ ਹਾਂਜੀ ਜਾਨਵਰ ਆਪਣੇ ਇੱਥੇ ਰਹਿੰਦੇ ਤੇ ਜਾਣੀ ਕਿ ਉਹ 2 ਮਹੀਨੇ ਹੋਏ ਸੀ ਸੂਈ ਨੂੰ ਕੁੱਤੀ ਨੂੰ ਤੇ ਉਹਨਾਂ ਦਾ ਜਾਣੀ ਕਿ ਕੱਲ ਰਾਤ ਸਾਨੂੰ ਸ਼ਾਮੀ ਪਤਾ ਲੱਗਾ ਵੀ ਜਾਣੀ ਕਿ ਇੱਥੇ ਮਹੱਲੇ 'ਚ ਵੀ ਉਹਨਾਂ ਦੀਆਂ ਧੌਣਾਂ ਲਾਤੀਆਂ ਗਈਆਂ ਨਾਲੋਂ ਤੇ ਅਸੀਂ ਸ਼ਾਮੀ ਆ ਕੇ ਦੇਖਿਆ ਸਾਰੇ ਮਹੱਲੇ ਨੇ ਵੀ ਸਾਰਾ ਦੇਖਿਆ ਵੀ ਇਹ ਜਾਣੀ ਕਿ ਗਲਤ ਕੰਮ ਕੀਤਾ ਜੋ ਵੀ ਕੀਤਾ ਜਿਹਨੇ ਵੀ ਕੀਤਾ ਇਹਦੇ ਤੇ ਸਾਨੂੰ ਜਾਣੀ ਕਿ ਕਾਰਵਾਈ ਚਾਹੀਦੀ ਹੈ ਬੰਦਾ ਫੜਿਆ ਜਾਣਾ ਚਾਹੀਦਾ ਕੀ ਲੱਗਦਾ ਕਿੱਦਾਂ ਧੋਣਾ ਕਿੱਦਾਂ ਵੱਡੀਆਂ ਉਹਨਾਂ ਨੂੰ ਕਾਲਾ ਐਲਮ ਕੀਤਾ ਲੱਗਦਾ ਭਾਜੀ ਧੋਣਾ ਕੱਟੋਗੇ ਬੰਦਿਆਂ ਦਾ ਕੰਮ ਆ ਭਾਜੀ ਇੱਥੇ ਇਨਸਾਨ ਤਾਂ ਭਾਜੀ ਛੋਟੇ ਬੱਚੇ ਛੋਟੇ ਜਾਨਵਰ ਛੋਟੇ ਆ ਭਾਜੀ 2 ਮਹੀਨਿਆਂ ਦੇ ਬੱਚੇ ਸੀਗੇ 2 ਮਹੀਨਿਆਂ ਦੇ ਹਾਂਜੀ 2 ਮਹੀਨਿਆਂ ਦੇ ਬੱਚੇ ਸੀਗੇ ਹਾਂਜੀ ਹਾਂਜੀ ਕੀ ਲੱਗਦਾ ਕੀ ਆ ਪ੍ਰੋਪਰ ਭਾਜੀ ਪ੍ਰੋਪਰ ਤਾਂ ਇਹੀ ਲੱਗਦਾ ਬੰਦੇ ਦਾ ਹੀ ਕੰਮ ਆ ਭਾਜੀ ਜਾਨਵਰ ਤਾਂ ਕੋਈ ਭਾਜੀ ਕਰ ਨਹੀਂ ਸਕਦਾ ਇੱਕ ਕੁੱਤਾ ਕਿੰਨੇ ਜਾਨਵਰ ਆ 5 ਦੇ ਸੀਗੇ 2 ਦੇ ਜਾਣ ਕੇ ਧੌਣਾ ਲਾਤੀਆਂ ਨਾਲ ਤੇ ਇੱਕ ਦਾ ਜਾਣ ਕੇ ਸੂਏ ਮਾਰੇ ਹੋਏ ਆ ਉਹਦਾ ਆਪਰੇਸ਼ਨ ਕੀਤਾ ਜਾਣ ਕੇ ਆ ਸਹੀ ਆ ਉਹ ਥੋੜਾ ਜਿਹਾ ਹਾਂਜੀ ਤੇ ਉਹਦੇ ਸਪਰੇਅ ਸੁਪਰੇਅ ਕੀ ਮੰਗ ਕਰਦੇ ਹੋ ਉਹ ਤਾਂ ਕੈਮਰੇ ਸਾਡੇ ਇੱਥੇ ਲੱਗਣਾ ਚਾ
ਮੁਆਵਜ਼ਾ ਚਾਹੀਦਾ ਬਸ। ਥੈਂਕ ਯੂ, ਇਹ ਸਾਡੇ ਬੰਦੇ ਸਾਨੂੰ ਚਾਹੀਦੇ ਆ ਜੀ ਭਾਜੀ। ਥੈਂਕ ਯੂ, ਥੈਂਕ ਯੂ, ਸਾਡੇ ਕਿਸੇ ਨਾਲ ਵੀ ਹੋ ਸਕਦਾ ਜੀ। ਥੈਂਕ ਯੂ, ਮੇਰੇ ਨਾਲ ਇਸੇ ਪ੍ਰੋਬਲਮ ਨਾਲ ਪ੍ਰੋਬਲਮ ਹੋਇਆ। ਹਾਂਜੀ, 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 ਕੀ ਲੱਗਦਾ ਕੀ ਹਾਲਾਤ ਕੀ ਲੱਗਦੇ? ਓਕੇ ਓਕੇ, ਕਿੰਨੇ ਸੀ ਦੋ? ਕੀ ਹੋਇਆ ਕੀ ਉਹਨਾਂ ਨੂੰ? ਧੋਣਾ ਮੌਕਾ ਦੇਖ ਲਿਆ?
ਮਹੱਲਾ ਵਾਸੀਆਂ ਨੇ ਕੀ ਦੱਸਿਆ? ਹਾਂ ਤਾਂਤਰਿਕ ਦਾ ਵਾਅਦਾ ਹੈ।